बिस्मिल्लाहिर्रहमानिर्रहीम। अस्सलाम वालेकुम जी मेरे प्यारे यूट्यूब फैमिली, उम्मीद कर दिया तुझ खैरियत नाल होगे। तुझ देख रहे हो मेरे यूट्यूब चैनल आमिना शहजादी। तुम्हें दुआवा तुझे तो रहो सदा हंसते रहो, वास्ते रहो, शार रहो, तुम्हें शबार रहो। जेरे मेरे प्यारे में भाई मेरे चैनल नहीं होने, अगर मेरे चैनल नो सब्सक्राइब नहीं किया प्लीज चैनल नो सब्सक्राइब कर दो, वीडियो लाइक कर दो ताकि हर आने वीडियो बास आए ना मेरे प्यारे में भाई तक पहुँच सके। था जी गाइस मेरा एक खूबसूरत दिन शुरू हो गया वा। ਗਾਈਸ ਅੱਜ ਆਮਨਾ ਨੇ ਜਾਣਾ ਸਕੂਲ ਤੇ ਇਧਰ ਮੰਮਾ ਉਹਦੇ ਨਾਲ ਚਾਏ ਬਣਾ ਰਿਹਾ ਆਮਨਾ ਦੀ ਤਿਆਰੀ ਕਰਨ ਵਾਸਤੇ। ਆਮਨਾ ਕਹਿੰਦੇ ਤੇ ਫਿਰ ਆਮਨਾ ਵਾਸਤੇ ਬ੍ਰੈਡ ਬਣਾਉਣਗੇ, ਰੋਟੀ ਬਣਾਉਣਗੇ। ਇਹ ਹੁਣ ਆਮਨਾ ਕੋਈ ਪੁੱਛਣਗੇ ਤਿਆਰ। ਦੇਖੋ ਗਾਈਸ ਆਮਿਨਾ, ਹੈਲੋ ਗਾਈਸ। ਅੱਜ ਮੇਰਾ ਪਹਿਲਾ ਦਿਨ ਹੈ ਸਕੂਲ ਮੈਂ, ਕਿਉਂਕਿ 3 ਮਹੀਨੇ ਕੀ ਛੁੱਟੀਆਂ ਗੁਜ਼ਾਰ ਕੇ ਬੜਾ ਮਜ਼ਾ ਆਇਆ। ਔਰ ਅੱਜ ਜੀ ਮੇਰਾ ਪੇਪਰ ਹੈ, ਦੁਆ ਕਰਨਾ ਕਿ ਮੇਰਾ ਇੰਗਲਿਸ਼ ਦਾ ਪੇਪਰ ਅੱਛਾ। ਹਾਂਜੀ ਗਾਈ ਆਮਨਾ ਨੇ ਕਿਹਾ ਨਾਸ਼ਤੇ 'ਚ ਮੈਨੂੰ ਰੋਟੀ ਚਾਹੀਦੀ ਆ ਨਾਲ, ਅਤੇ ਮੈਂ ਕਿਹਾ ਚਲੋ ਹੁਣ ਸਕੂਲ ਕੇ ਲੈ ਕੇ ਜਾਣਾ। ਕਹਿੰਦੀ ਮੈਂ ਬ੍ਰੈਡ ਲੈ ਕੇ ਜਾਣਾ, ਅਤੇ ਮੈਂ ਹੁਣ ਆਮਨਾ ਵਾਸਤੇ ਬ੍ਰੈਡ ਬਣਾ ਲਾਂ ਜਲਦੀ ਜਲਦੀ, ਕਿਉਂਕਿ ਲੇਟ ਬਹੁਤ ਜ਼ਿਆਦਾ ਹੋ ਗਈ ਆ। ਹਾਂਜੀ ਗਾਈ ਹੁਣ ਮੈਂ ਆਮਨਾ ਵਾਸਤੇ ਬਣਾਉਣ ਲੱਗੀ ਹਾਂ ਬ੍ਰੈਡ। ਬ੍ਰੈਡ ਨੂੰ ਪਹਿਲਾਂ ਆਪਾਂ ਕਰਾਂਗੇ ਗਰਮ। ਹਾਂਜੀ ਗਾਈਸ ਹੁਣ ਮੈਂ ਆਂਡੇ ਵਿੱਚ ਬਣਾ ਰਹੀ ਹਾਂ, ਕਿਉਂਕਿ ਬ੍ਰੈਡ ਆਪਾਂ ਗਰਮ ਕਰ ਲਿਆ। ਹੁਣ ਗਾਈਸ ਮੈਂ ਨਮਕ ਵਿੱਚ ਐਡ ਕਰ ਰਹੀ ਹਾਂ, ਥੋੜ੍ਹੀ ਜਿਹੀ ਮਿਰਚਾਂ ਐਡ ਕਰ ਦਿਓ ਸ਼ਾਜੀਆ ਜੀ, ਥੋੜ੍ਹੀ ਜਿਹੀ ਮਿਰਚਾਂ ਐਡ ਕਰੋ ਜੀ ਕਰਕੇ। ਹਾਂਜੀ ਗਾਈਸ ਹੁਣ ਮੈਂ ਸਾਰੇ ਛੋੜ ਦਿੱਤੇ, ਇੱਕ ਵਾਰ ਇਧਰ ਕਿਧਰ ਕਰਨਾ ਸਾਈਡ ਤੇ ਕਰੋ। ਚਲੋ ਹਾਂਜੀ ਗਾਇਜ਼ ਹੁਣ ਮੈਂ ਜਲਦੀ ਜਲਦੀ ਆਉਂਦਾ ਤਾਂ ਲੰਚ ਬੋਕਸ ਤਿਆਰ ਕਰ। ਹਾਂਜੀ ਗਾਈ ਆਪ ਵੀ ਨਾਸ਼ਤਾ ਕੀਤਾ, ਘਰ ਵਾਲਿਆਂ ਨੇ ਨਾਸ਼ਤਾ ਕਰਵਾ ਕੇ ਆਮਨਾ ਸਕੂਲ ਭੇਜ ਕੇ, ਹੁਣ ਮੈਂ ਫਰਕ ਹੋਈ। ਪਰ ਹਲੇ ਛੁੱਟੀ ਕਿਹੜਾ ਫਰਕ ਨਹੀਂ, ਕਿਉਂਕਿ ਤੁਸੀਂ ਦੇਖੋ ਗਾ ਮੈਂ ਪੌਦਾ ਨਿਊਲੀ ਆ ਕੇ ਲਗਾਇਆ ਸੀਗਾ, ਬੱਚਾ ਸੀਗਾ, ਤੇ ਦੇਖੋ ਕਿੰਨਾ ਜ਼ਿਆਦਾ ਹੋ ਗਿਆ ਵਾ। ਬੜੀ ਦੇਖਭਾਲ ਮੈਂ ਇਹਦੀ ਕਰਨਾ ਸੀਗਾ, ਤੇ ਹਲੇ ਤੁਹਾਡੀ ਭੈਣ ਇਸੇ ਤਰੀਕੇ ਨਾਲ ਫਰਕ ਨਹੀਂ ਹੋਈ, ਕਿਉਂਕਿ ਮੇਰੇ ਘਰ ਦੀ ਤੁਸੀਂ ਹਾਲੇ ਦੇਖ ਲਓ ਕੋਈ ਸਫਾਈ ਵਗੈਰਾ ਨਹੀਂ ਹੋਈ ਪਈ, ਨਹੀਂ ਤੇ ਅੱਗੇ ਟੈਸਟ ਨੰਬਰ ਸਾਈਨਸ ਫਾਈਨ ਕਰਕੇ ਫਰਕ ਵਿਹਲੀ ਹੋ ਕੇ ਬੈਠੀ ਹੁੰਦੀ ਸੀ। ਪਰ ਆਹ ਤੁਸੀਂ ਮੇਰਾ ਕਮਰਾ ਵੀ ਦੇਖ ਲਓ, ਸਾਫ ਨਹੀਂ ਹੈ, ਇਸੇ ਚੱਲਣ ਦੇ ਦਰਵਾਜ਼ੇ ਖੁੱਲ੍ਹੇ ਆ, ਕੋਈ ਫਿਕਰ ਨਹੀਂ ਗੀ। ਅਤੇ ਇੰਨੀਆਂ ਗਾਲਾਂ ਪਈਆਂ ਸੁਬਹਾ ਸੁਬਹਾ, ਮੰਮਾ ਕਹਿੰਦੀ ਬਿੱਲ ਕਿੰਨੇ ਦੇਣਾ ਵਾ ਤੁਹਾਡੀ ਜੇਬ 'ਚੋਂ, ਕਿਹੜਾ ਪੈਸੇ ਨਿਕਲਣੇ ਆ, ਪੈਸੇ ਤਾਂ ਮੇਰੀ ਅੱਖੋਂ ਨਿਕਲਦੇ ਆ। ਇਸ ਲਈ ਮੈਂ ਕਿਹਾ ਚਲੋ ਹੁਣ ਚੁੱਪ ਕਰ ਜਾ ਸ਼ਾਦੀਆ, ਬੋਲ ਨਾ ਅੱਗੂ। ਅਤੇ ਜਵਾਬ ਦਿੱਤਾ ਸੀ ਜਿੱਦਾਂ ਜੁੱਤੀ ਆਉਣੀ, ਅਤੇ ਮੈਂ ਕਿਹਾ ਚੱਲ ਸ਼ਾਦੀਆ ਹੁਣ ਤੂੰ ਜਲਦੀ ਜਲਦੀ ਕਰ ਲੱਗ ਪਾ। ਅਤੇ ਕੱਲ੍ਹ ਹੁਣ ਮੈਂ ਕਰਨਾ ਸਫਾਈਆਂ, ਇੱਕ ਮਿੰਟ ਲਗਾਓ ਸ਼ਾਜ਼ੀਆ ਜਲਦੀ ਕਰੋ, ਅੱਜ ਤੁਮੇ ਬਾਜ਼ਾਰ ਲੈ ਕਰ ਜਾਣਾ ਹੈ, ਔਰ ਤੁਮੇ ਮੈਨੇ ਨਾ ਜੁੱਤਾ ਖਰੀਦ ਕੇ ਦੇਣਾ, ਔਰ ਵੀ ਚੀਜ਼ਾਂ ਲੈ ਕਰ ਦੇਣੀ, ਜਲਦੀ ਕਰੋ ਜਲਦੀ ਜੀ। ਜਲਦੀ ਜਲਦੀ ਕਰੇਂਗੇ ਇਨਸ਼ਾਅੱਲਾ, ਜਲਦੀ ਜਲਦੀ ਫਰਕ ਹੋ ਕੇ। ਅਤੇ ਗਾਈ ਸਾਡੇ ਵੱਲ ਅੱਜ ਮੌਸਮ ਦੱਸੀ, ਇੱਥੇ ਧੁੱਪ ਨਿਕਲੀ ਹੋਈ ਵਾ, ਅਤੇ ਬਸ ਮੈਂ ਕਿਹਾ ਲੈ ਇੰਨੀ ਧੁੱਪ ਨਾ ਨਿਕਲੀ, ਕਿਉਂਕਿ ਅੱਜ ਮੈਂ ਬਾਜ਼ਾਰ ਜਾਣਾ, ਅਤੇ ਗਰਮੀ 'ਚ ਮੇਰੇ ਕੋਲ ਜਾ ਨਹੀਂ ਹੋਣਾ। ਮੇਰਾ ਕੀ ਆ ਕਿ ਦਿਮਾਗ ਉਹ ਬਲੈਡ ਲੋ ਹੋ ਜਾਵੇ, ਤੂੰ ਉੱਥੇ ਡਿੱਗ ਜਾ।
हाँ जी गाइस, शाजिया बहुत अच्छी सफाई करती है और काम भी बहुत जल्दी करती है। प्लीज़ शाजिया की सपोर्ट करें, अपना शाजिया को आपकी सपोर्ट की ज़रूरत है। शाजिया को लाइक करें और सब्सक्राइब करें। तो जो लोग शाजिया को कमेंट करते हैं उनका बहुत शुक्रिया, हम दिल की गहराइयों से उनका शुक्र अदा करते हैं। झाड़ू ला ला उपरों आ गए पाई पाई कहते शादी मेनू ना कोई पुराने कपड़े दे मैं टूए चला लगा पहले मेन कहना कपड़े दे मैं क्या लैला भाई ते मैं क्या मैं चादर भी धोनी वा तो कहने इसे मेरी भैन वास्तव चला दी टूअल तो फिर खुला पानी हो जाएगा ना तो मेरी भैन सारी ना चादर धो लगी जे मैं क्या चल ठीक है मैं क्या झाड़ू लगा ला उन्होंने कपड़े दिते तो फिर मशीन लगा के चादर भी धो लेने आम ना अच गई हुई तो मैं क्या सारे काम कर लेने आम ना कर नहीं दी गाय काम तो गाय देखो रब की झाड़ू वा तो मैं लगा रहा मिट्टी सारी निकल गया बहुत अच्छी है अगर जिसमें चैनल सब्सक्राइब करो वीडियो लाइक करो मिलेगा अगली वीडियो। अल्लाह हाफिज़।